ਸਤਿ ਸ਼੍ਰੀ ਅਕਾਲ ਜੀ। ਆਹ ਦੇਖੋ, ਆਪਾਂ ਆਪਣੀ ਗਾਰਡਨ ਦੇ ਵਿੱਚੋਂ ਧਨੀਆ ਤੋੜ ਕੇ ਲਿਆਂਦਾ ਆ, ਫਰੈਸ਼ ਧਨੀਆ ਮੈਂ ਬੀਜਿਆ ਆ, ਅਤੇ ਇੱਧਰ ਥੋੜ੍ਹੇ ਜਿਹੇ ਮੇਥੇ ਵੀ ਆ, ਅਤੇ ਬਾਕੀ ਆਪਾਂ ਰੋਟੀਆਂ 'ਚ ਪਾ ਲਈਦੇ ਆ, ਨਾਲੋ ਨਾਲ ਸਬਜ਼ੀਆਂ 'ਚ ਪਾ ਲਈਦੇ ਆ, ਅਤੇ ਆਹ ਥੋੜ੍ਹਾ ਜਿਹਾ ਮੈਂ ਕੱਟ ਕੇ ਗਰਮੀਆਂ ਲਈ ਫਰੀਜ਼ ਕਰ ਲਊਂਗੀ, ਧਨੀਆ ਵੀ ਅਤੇ ਮੇਥੇ ਵੀ। ਅਤੇ ਮੈਂ ਇਹਨਾਂ ਨੂੰ ਕੱਟ ਕੇ ਜਿੱਦਾਂ ਹੁਣ ਧੋ ਲਿਆ ਪਹਿਲਾਂ, ਫਿਰ ਥੋੜ੍ਹਾ ਜਿਹਾ ਇਹਨਾਂ ਨੂੰ ਇੱਦਾਂ ਕਿਸੇ ਤੌਲੀਏ ਦੇ ਉੱਤੇ ਵਿਛਾ ਕੇ ਇਹਨੂੰ ਸੁਕਾ ਲੈਣਾ ਆ, ਜਿੱਦਾਂ ਬਹੁਤ ਨਹੀਂ ਸੁਕਾਉਣਾ, ਜਿੱਦਾਂ ਪਾਣੀ ਜਿਹਾ ਵਿੱਚੋਂ ਸੋਕ ਹੋ ਜਾਵੇ। ਅਤੇ ਮੈਂ ਕੱਟ ਕੇ ਹੁਣ ਰੱਖ ਲੈਣੇ ਆ, ਫਿਰ 2-3 ਘੰਟਿਆਂ ਤੱਕ ਇਹਨਾਂ ਨੂੰ ਫਰੀਜ਼ ਕਰ ਲੈਣਾ ਆ। ਅਤੇ ਤੁਸੀਂ ਵੀ ਇੱਦਾਂ ਰੱਖ ਸਕਦੇ ਆ, ਕਿਉਂਕਿ ਸਾਡੇ ਹੈਗਾ ਹੁਣ ਸਿਆਲ ਵਿੰਟਰ ਆ, ਅਤੇ ਫਿਰ ਗਰਮੀਆਂ ਨੂੰ ਸਾਡੇ ਧਨੀਆ ਹੋਣਾ ਨਹੀਂ, ਥੋੜ੍ਹਾ ਬਹੁਤਾ ਹੁੰਦਾ ਹੁੰਦਾ ਆ, ਜਿੱਥੇ ਛਾਂ ਹੋਵੇ ਬਹੁਤੀ ਗਰਮੀ ਨਾ ਪਵੇ ਮੈਂ ਉੱਥੇ ਲਾ ਲੈਂਦੀ ਹੁੰਦੀ ਹਾਂ ਥੋੜ੍ਹਾ ਜਿਹਾ, ਪਰ ਸਾਡੇ ਸਿਆਲ ਨੂੰ ਹੀ ਹੁੰਦਾ ਇੰਡੀਆ ਵਾਂਗ।